ਸਤਿ ਸ਼੍ਰੀ ਅਕਾਲ ਜੀ, ਮੈਂ ਨਾਜ਼ ਅਤੇ ਮੈਂ ਵੈਲਕਮ ਕਰਦੀ ਹਾਂ ਤੁਹਾਡਾ। ਸਾਡਾ ਅੱਜ ਸੈਕਿੰਡ ਵਲੋਗ ਆ ਅਤੇ ਦਿਨ ਦੀ ਸ਼ੁਰੂਆਤ ਹੋ ਚੁੱਕੀ ਆ। ਤੁਸੀਂ ਕੱਲ੍ਹ ਜਿੰਨੇ ਵੀ ਵਿਊ ਦਿੱਤੇ ਅਸੀਂ ਰੀਅਲੀ ਐਪਰੀਸ਼ੀਏਟ ਕਰਦੇ ਹਾਂ, ਕਿਉਂਕਿ ਫਸਟ ਟਾਈਮ ਸੀਗਾ। ਅਤੇ ਉਮੀਦ ਕਰਦੇ ਕਿ ਅੱਗੇ ਵੀ ਤੁਹਾਨੂੰ ਵਧੀਆ ਵਧੀਆ ਕੰਟੈਂਟ ਅਸੀਂ ਦੇਈਏ, ਪਰ ਹੌਲੀ ਹੌਲੀ ਹੀ ਆਪਾਂ ਚੀਜ਼ਾਂ ਨੂੰ ਸਿੱਖ ਰਹੇ ਹਾਂ। ਬਟ ਆਈ ਰੀਅਲੀ ਐਪਰੀਸ਼ੀਏਟ, ਥੈਂਕ ਯੂ ਸੋ ਮੱਚ, ਅੱਗੇ ਵੀ ਸਾਨੂੰ ਸਪੋਰਟ ਕਰਦੇ ਰਹੋ। ਅਤੇ ਅੱਜ ਸੋਹਣਾ ਜਿਹਾ ਦਿਨ ਆ, ਠੰਡ ਤਾਂ ਹੈਗੀ ਹੋਈ ਆ ਅਤੇ ਧੁੰਦ ਵੀ ਹੈ, ਹੈ ਨਾ। ਸੋਹਣਾ ਮਾਹੌਲ ਆ, ਕੈਨੇਡਾ ਵਿੱਚ ਅਸੀਂ ਇਹ ਨਜ਼ਾਰਿਆਂ ਨੂੰ ਵੀ ਤਰਸ ਜਾਂਦੇ ਸੀ। ਉੱਥੇ ਤਾਂ ਸਵੇਰੇ ਜਦੋਂ ਉੱਥੋਂ ਨਾਲ ਦੀ ਨਾਲ ਉੱਥੇ ਸਨੋਅ ਇੰਨੀ ਹੁੰਦੀ ਸੀਗੀ ਕਿ ਆਪਾਂ ਕਹਿੰਦੇ ਹੁੰਦੇ ਸੀ ਕਦੇ ਤਾਂ ਮੀਂਹ ਵੀ ਪਵੇ, ਪਰ ਸਨੋਅ ਦੇ ਵਿੱਚ ਕਾਹਦਾ ਮੀਂਹ, ਰਾਈਟ। ਸੋ ਇਟਸ ਲਾਈਕ ਕਿ ਹਰੇਕ ਹਰੇਕ ਜਗ੍ਹਾ ਦਾ ਆਪਦਾ ਨਜ਼ਾਰਾ ਹੈ। ਅਤੇ ਅੱਜ ਧੁੰਦ ਦੇਖ ਕੇ ਆਪਾਂ ਬੜੇ ਖੁਸ਼ ਹੋ ਰਹੇ ਹਾਂ। ਅਤੇ ਜਿਹੜੇ ਸਾਡੇ ਭੈਣ ਭਰਾ ਬੈਠੇ ਨੇ ਉੱਥੇ ਕੈਨੇਡਾ, ਅਮੈਰੀਕਾ ਵਿੱਚ ਜਾਂ ਕੋਈ ਵੀ ਇੰਟਰਨੈਸ਼ਨਲ ਕੰਟਰੀ ਦੇ ਵਿੱਚ, ਉਹ ਵੀ ਮਿਸ ਕਰ ਰਹੇ ਹੋਣਗੇ ਮਾਹੌਲ ਨੂੰ। ਮੈਂ ਦਿਖਾਉਂਦੀ ਹਾਂ ਤੁਹਾਨੂੰ ਅੱਜ ਦਾ ਦਿਨ ਕਿੱਦਾਂ ਦਾ ਲੱਗ ਰਿਹਾ। ਆਹ ਦੇਖੋ, ਸੋ ਗੁੱਡ। ਵਧੀਆ ਲੱਗ ਰਿਹਾ। ਓਕੇ, ਅਤੇ ਅੱਜ ਦਾ ਦਿਨ ਕਰਦੇ ਹਾਂ ਸਟਾਰਟ। ਹਾਂ, ਕੌਣ ਆ, ਕੀ ਕਰਦੇ ਪਏ ਤੁਸੀਂ? ਦੁੱਧ ਫਿਨਿਸ਼ ਕਰੋ ਆਪਣਾ। ਪਾਪਾ ਉੱਠ ਗਏ? ਗੁੱਡ ਮੋਰਨਿੰਗ ਆੜੀ, ਕੀ ਹਾਲ ਹੈ? ਫੋਟੋ ਨਹੀਂ ਖਿੱਚਦੇ, ਤੇਰੀ ਵੀਡੀਓ ਬਣਾਉਣੀ ਹੈ ਸ਼ਰਾਸੀ। ਦੁੱਧ ਫਿਨਿਸ਼ ਕਰੋ ਤੁਸੀਂ। ਹੈਲੋ, ਗੁੱਡ ਮੋਰਨਿੰਗ, ਗੁੱਡ ਮੋਰਨਿੰਗ। ਇਹ ਸਾਡੇ ਠੀੜੇ ਮੀਣੇ ਲਾਈਨਾਂ ਦੀ ਕੀ ਮੰਗਦਾ ਕੀ ਇਹ ਬੰਟੇ ਲੱਭਦਾ ਤੂੰ? ਵਰਦਾਨ ਕੀ ਚਾਹੀਦਾ? ਬੰਟੇ ਫੱਪੜ ਨੀ ਚਾਹੀਦੇ? ਕਾਹਦੀ ਕਾਹਦੀ ਸਬਜ਼ੀ ਬਣਾਈ? ਕਿਹਨੇ ਆ ਤੁਸੀਂ? ਕਿਵੇਂ ਜੋਤ ਦਿੱਤਾ? ਹੈਲੋ, ਅੱਛਾ ਆਏ ਖਾਈ ਤੇ ਨਾਲ ਕੱਪ ਚਾਹ ਸਟੀਲ ਦੇ ਗਲਾਸ ਚ। ਤੇ ਦੱਸਦੇ ਦੱਸਦੇ ਮੇਰੀ ਰੋਟੀ ਹੋ ਗਈ ਹੈ ਠੰਡੀ ਅੱਜ, ਤੁਸੀਂ ਖਾਓ ਕੀ ਤੁਸੀਂ ਅੱਗੇ ਬਗੈਰ ਚੋਪੜ। ਹਾਂਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਦੋਵੇਂ ਹੱਥ ਜੋੜ ਕੇ ਭਾਈ। ਤੇ ਅਸੀਂ ਚੱਲੇ ਸੀ, ਮੇਰੀ ਸਤਿ ਸ੍ਰੀ ਅਕਾਲ ਹੋ ਗਈ ਆ, ਮੈਂ ਤਾਂ ਸਵੇਰ ਦੀ ਹੋਈ ਹੋਈ ਆ। ਚੱਲੇ ਸੀ ਇੱਥੇ ਮੰਡੀ ਬਾਜ਼ਾਰ 'ਚ, ਤੇ ਥੋੜ੍ਹਾ ਜਿਹਾ ਸਮਾਨ ਸਮਾਨ ਲੈਣਾ ਸੀ ਬੱਚਿਆਂ ਦਾ, ਅਤੇ ਇੱਧਰ ਮੈਡਮ ਨੇ ਸੂਟ ਦੇ ਸਟਿਚ ਕਰਨੇ। ਅਤੇ ਮੈਡਮਾਂ ਦੇ ਵਿਚਾਰੇ ਸੂਟ ਦੇ ਪਿੱਛੇ ਉਹੀ ਬਦਨਾਮ ਹੋ ਜਾਂਦੀਆਂ ਨੇ। ਤੇ ਸੂਟਾਂ ਦਾ ਤਾਂ ਫਿਰ ਚੱਲਦਾ ਹੀ ਰਹਿੰਦਾ, ਇਹਨਾਂ ਦਾ ਕੰਮ ਤੁਹਾਨੂੰ ਪਤਾ ਹੀ ਆ, ਚੱਲਦਾ ਵੀ ਰਹਿੰਦਾ। ਹਾਂ, ਕਈ ਲੋਕ ਜ਼ਿਆਦਾ ਇਹਦੇ ਲਈ ਅਪਸੈਸਡ ਹੁੰਦੇ ਆ ਸੂਟਸ ਲਈ, ਕਈ ਲੋਕ ਨਹੀਂ ਹੁੰਦੇ। ਅਤੇ ਸ਼ਾਇਦ ਮੈਂ ਉਹ ਕਈ ਲੋਕਾਂ 'ਚੋਂ ਜਿਹੜੇ ਨਹੀਂ ਹੁੰਦੇ, ਇੰਨੀ ਮੈਂ ਅਪਸੈਸਡ ਨਹੀਂ ਹਾਂ ਸੂਟਸ ਜਾਂ ਕਲੋਥਿੰਗ ਦੇ ਲਈ। ਮੈਨੂੰ ਐਵੇਂ ਲੱਗਦਾ ਹੁੰਦਾ ਵੀ ਚੀਜ਼ ਜਿਹੜੀ ਵੀ ਹੋਵੇ, ਪਾਈ ਹੋਵੇ ਅਤੇ ਹੰਢਾਈ ਵੀ ਹੋਵੇ, ਇਹ ਨਹੀਂ ਕਿ ਤੁਸੀਂ ਲੈ ਕੇ ਰੱਖੀ ਚੱਲੋ ਅਤੇ ਮੁੜ ਕੇ ਬਸ ਉਹ ਬੰਦ ਹੀ ਪਏ ਰਹਿਣ। ਅਤੇ ਚਲੋ ਹੁਣ ਅਸੀਂ ਜਾ ਰਹੇ ਹਾਂ ਐਲਾਬਾਦ। ਇਹ ਸਾਡੇ ਰੂਟ ਆ ਸਾਡੇ ਪਿੰਡੋਂ ਐਲਾਬਾਦ ਦਾ। ਅਤੇ ਸਾਡਾ ਪਿੰਡ ਜੀ ਹਰਿਆਣੇ 'ਚ ਪੈਂਦਾ। ਦੱਸੋ ਕਿੱਥੇ ਪੈਂਦਾ? ਹਾਂ, ਐਲਾਬਾਦ ਮੰਡੀ ਅਸੀਂ ਨਾਮ ਲੈ ਤਾ, ਹੁਣ ਕਈ ਲੋਕ ਜਾਣਦੇ ਹੋਣਗੇ ਕਿੱਥੋਂ ਦੇ ਆ ਅਸੀਂ। ਅਤੇ ਜਿਨ੍ਹਾਂ ਨੂੰ ਪਤਾ ਕਮੈਂਟ ਕਰਿਓ, ਦੱਸਿਓ ਸਾਨੂੰ, ਹੈ ਨਾ ਆਪੀ। ਕਿਹੜਾ ਜ਼ਿਲ੍ਹਾ ਹੋਊਗਾ ਸਾਡਾ, ਦੱਸੋ। ਹਾਂ ਦੇਖੋ, ਭੇਡਾਂ ਬੱਕਰੀਆਂ ਵਿਚਾਰੀਆਂ ਜਾ ਰਹੀਆਂ ਨੇ, ਇੰਨੀ ਠੰਡ ਹੀ ਤੁਰੀਆਂ। ਇਹ ਵੀ ਆਪੋ ਆਪਣੇ ਝੁੰਡ ਜਾ ਵੇਖਿਓ, ਉੱਧਰ ਬੱਕਰੀਆਂ ਸੀ, ਇੱਧਰ ਭੇਡਾਂ ਸਾਰੀਆਂ, ਦੇਖਿਓ, ਹੈ ਨਾ। ਹੋਰ ਜੀ ਦੱਸੋ,
ਇੱਕ ਸਾਨੂੰ ਚੀਜ਼ਾਂ ਸੁਜੈਸਟ ਕਰਿਓ ਜਿਹੜੇ ਵੀ ਜਾਣੇ ਨੂੰ ਥੋੜਾ ਜਿਹਾ ਬਲੌਗਿੰਗ ਦਾ ਆਈਡੀਆ ਵਾ ਕਿਹੜਾ ਕੰਟੈਂਟ ਬਣਾਈਏ ਜਿਹੜਾ ਤੁਸੀਂ ਲਾਈਕ ਕਰਦੇ ਹੋ ਈਵਨ ਦੋ ਚੀਜ਼ ਇਹ ਵੀ ਦੱਸਿਓ ਕਿ ਕਿਹੜੀ ਚੀਜ਼ ਬੈਸਟ ਹੁੰਦੀ ਲਾਈਕ ਸਾਡੇ ਤੋਂ ਤਾਂ ਹਲੇ ਫੋਨ ਹੀ ਨਹੀਂ ਹੋਲਡ ਹੁੰਦਾ ਪ੍ਰੋਪਰਲੀ ਵੀ ਕਿੱਦਾਂ ਇਹਨੂੰ ਹੋਲਡ ਕਰੀਏ 20 ਵਾਰ ਤਾਂ ਸਾਡਾ ਫੋਨ ਥੱਲੇ ਡਿੱਗ ਪੈਂਦਾ ਬਟ ਵੀ ਆਰ ਕੀਪ ਟ੍ਰਾਈਂਗ ਅਸੀਂ ਸਟੈਂਡ ਸਟੂਂਡ ਲਿਆਉਂਦੇ ਹਾਂ ਹੁਣ ਅੱਜ ਜਾ ਕੇ ਅਸੀਂ ਥੋੜਾ ਸਮਾਨ ਲੈ ਕੇ ਆਉਂਦੇ ਹਾਂ ਬੱਚਿਆਂ ਨੂੰ ਵੀ ਘਰੇ ਛੱਡ ਕੇ ਆਏ ਹਾਂ ਵੈਸੇ ਉਹ ਰਹਿੰਦੇ ਨਹੀਂ ਸਾਡੇ ਤੋਂ ਬਿਨਾ ਪਰ ਧੱਕੇ ਨਾਲ ਛੱਡ ਆਏ ਪਹਿਲੀ ਵਾਰੀ ਛੱਡ ਕੇ ਆਏ ਹਾਂ ਅਸੀਂ ਉਹਨਾਂ ਦੋਨਾਂ ਨੂੰ ਘਰੇ ਨਹੀਂ ਤਾਂ ਅਸੀਂ ਆਪਣੇ ਨਾਲ ਹੀ ਲੈ ਕੇ ਆਉਂਦੇ ਹੁੰਦੇ ਹਾਂ ਮੈਂ ਹੀ ਕਹਿ ਰਹੀ ਸੀ ਕਿ ਥੋੜਾ ਥੋੜਾ ਆਪਾਂ ਛੱਡਣਾ ਸ਼ੁਰੂ ਕਰਾਂਗੇ ਤਾਂ ਹੀ ਫਿਰ ਬੱਚੇ ਰਹਿਣ ਲੱਗਣਗੇ ਨਹੀਂ ਅਭੀ ਤੇ ਜਮਾ ਹੀ ਨਹੀਂ ਇਹਨਾਂ ਨੂੰ ਤਾਂ ਐਂ ਹੁੰਦਾ ਵੀ ਬਸ ਨਾਲ ਹੀ ਕੈਰੀ ਕਰੀਏ ਬੱਚਿਆਂ ਨੂੰ ਉਹਨਾਂ ਨੂੰ ਇਹ ਹੁੰਦਾ ਨਾ ਗੱਡੀ ਦਾ ਸ਼ੌਂਕ ਹੈ ਕਾਰਾਂ 'ਚ ਬਹਿ ਕੇ ਕਾਰਾਂ ਨਾਲ ਉਹਨਾਂ ਦਾ ਸ਼ੌਂਕ ਹੈ ਕਾਰਾਂ ਗੱਡੀਆਂ ਨਾਲ ਜੀ ਸਾਡੇ ਬਾਈਕ ਨਾਲ ਜੀਪਾਂ ਨਾਲ ਸਾਡੇ ਦੋਨੇ ਹੀ ਬੇਟੇ ਆ ਦੋਵੇਂ ਸੁਰਲੀਆਂ ਤੇਜ ਆ ਪੂਰੇ ਮਿਲਾਵਾਂਗੇ ਤੁਹਾਨੂੰ ਦੱਸਿਓ ਸਾਡੇ ਵੱਡੇ ਬੇਟੇ ਦਾ ਨਾਮ ਸ਼ਿਰਾਜ਼ ਆ ਉਹ ਹੈਗਾ ਛੋਟੇ ਦਾ ਨਾਮ ਵਰਦਾਨ ਜੀ ਵੱਡਾ ਬੇਟਾ ਸਾਡਾ ਹੈਗਾ ਸਵਾ 4 ਸਾਲ ਦਾ ਹੈ ਤੇ ਛੋਟਾ ਬੇਟਾ ਸਾਡੇ 2.5 ਸਾਲ ਦਾ ਉਹਦਾ ਨਾਮ ਹੈ ਵਰਦਾਨ ਵਰਦਾਨ ਸਿੰਘ ਬੜਾਚ ਜੀ ਦੋਨੇ ਬਹੁਤ ਪਿਆਰੇ ਬੱਚੇ ਨੇ ਤੇ ਬਹੁਤ ਜ਼ਿਆਦਾ ਉਹਦੇ ਬੱਚੇ ਸਾਰਿਆਂ ਨੂੰ ਪਿਆਰੇ ਹੁੰਦੇ ਆ ਬਿਲਕੁਲ ਤੇ ਹੁਣ ਚਲੋ ਮਿਲਦੇ ਆ ਅੱਗੇ ਅੱਗੇ ਜਾ ਕੇ ਫਿਰ ਅਸੀਂ ਕੀ ਸ਼ੋਅ ਕਰਦੇ ਆ ਅਸੀਂ ਅੱਗੇ ਨਾ ਥੋੜਾ ਜਿਹਾ ਤੇਜ਼ ਬੋਲਾਂਗੇ ਅੱਗੇ ਅਸੀਂ ਹੌਲੀ ਹੌਲੀ ਬੋਲਦੇ ਸੀ ਮਾਈਕ ਲੈ ਕੇ ਆਵਾਂਗੇ ਨਾਲੇ ਹੋਪਫੁਲੀ ਤੁਹਾਨੂੰ ਸੁਣਦਾ ਹੋ ਗਿਆ ਇੰਨੇ ਪ੍ਰੋਪਰਲੀ ਬਾਕੀ ਤੁਸੀਂ ਦੱਸੋ ਕਿਹੜੀ ਚੀਜ਼ ਪਸੰਦ ਕਰਦੇ ਹੋ ਪਿੰਡ ਦਾ ਮਾਹੌਲ ਕੇ ਸ਼ਹਿਰ ਦਾ ਸਾਰੇ ਕੁਛ ਹੀ ਆਪਣੇ ਕੋਲੇ ਪਿੰਡ ਵੀ ਸ਼ਹਿਰ ਵੀ ਘਰ ਹੈਗਾ ਆਪਣਾ ਜੀ ਜਿਵੇਂ ਜਿਵੇਂ ਘੁੰਮਾਂਗੇ ਉਵੇਂ ਉਵੇਂ ਤੁਹਾਨੂੰ ਦਿਖਾਉਂਦੇ ਆ ਹਨਾ ਤੇ ਜਿਹੜੇ ਲੋਕ ਜੋ ਚੀਜ਼ ਜਿੱਦਾਂ ਉਹਨਾਂ ਨੂੰ ਲੱਗਦਾ ਅਸੀਂ ਤਾਂ ਮੇਨ ਇਸ ਕਰਕੇ ਟਰਾਈ ਕਰ ਰਹੇ ਹਾਂ ਕਿ ਇੱਥੇ ਦੋ ਤਿੰਨ ਨਿੱਕੇ ਨਿੱਕੇ ਉਹ ਵਿਖਾਵਾਂਗੇ ਤੁਹਾਨੂੰ ਵਿੱਚ ਕਿਹੜੇ ਬਿਜ਼ਨਸ ਅਸੀਂ ਕਰਨ ਦੀ ਸੋਚ ਰਹੇ ਹਾਂ ਉੱਥੋਂ ਆਏ ਹਾਂ ਕੈਨੇਡਾ ਤੋਂ ਕਿਉਂਕਿ ਅਸੀਂ ਸੋਚਦੇ ਹਾਂ ਇੱਥੇ ਕੁਛ ਕਰ ਲਈ ਉਹ ਤੁਹਾਨੂੰ ਅੱਗੇ ਦੱਸਿਆ ਆ ਤੇ ਤਾਂ ਕਰਕੇ ਅਸੀਂ ਇੱਥੇ ਰਹਿਣਾ ਚਾਹੁੰਦੇ ਹਾਂ ਬਾਕੀ ਜੋ ਰੱਬ ਜਿੱਦਾਂ ਨੂੰ ਲੈ ਕੇ ਜਾਊਗਾ ਉਹ ਦੱਸ ਜਾਣਾ ਓਨੈਸਟਲੀ ਮੈਨੂੰ ਤਾਂ ਲੱਗਦਾ ਕਿ ਕੈਨੇਡਾ ਵੀ ਬਹੁਤ ਵਧੀਆ ਕੰਟਰੀ ਆ ਉੱਥੇ ਵੀ ਵਧੀਆ ਕੰਟਰੀ ਆ ਪਰ ਹੁਣ ਮਾਹੌਲ ਹੋਰ ਤਰ੍ਹਾਂ ਦਾ ਹੋ ਗਿਆ ਜਦੋਂ ਆਪਾਂ ਰਹਿੰਦੇ ਸੀ ਉਦੋਂ ਮਾਹੌਲ ਜਦੋਂ ਲੋਕ ਏਦਾਂ ਹੁੰਦਾ ਅੱਜ ਤੋਂ 10 ਸਾਲ ਪਹਿਲਾਂ ਆਪੋ ਆਪਣੀ ਦੇਖੋ ਆਪਾਂ ਕੰਟਰੀ ਨੂੰ ਨਹੀਂ ਨਿੰਦ ਸਕਦੇ ਅਸੀਂ ਕਰਾਊਡ ਨੂੰ ਨਿੰਦ ਸਕਦੇ ਹੁੰਦੇ ਆ ਕੰਟਰੀ ਤਾਂ ਸਭ ਤੋਂ ਜ਼ਿਆਦਾ ਫੈਸਿਲਿਟੀਜ਼ ਦਿੰਦੀ ਆ ਹਰੇਕ ਕੰਟਰੀ ਨਾਲੋਂ ਜ਼ਿਆਦਾ ਫੈਸਿਲਿਟੀਜ਼ ਕੈਨੇਡਾ ਹੀ ਦਿੰਦਾ ਠੀਕ ਹੈ ਮੈਂ ਰੀਅਲੀ ਨਹੀਂ ਆਪਾਂ ਕਿਹੜਾ ਪਰਮਾਨੈਂਟ ਹੈ ਜਦੋਂ ਜੀ ਕੀਤਾ ਚੱਲ ਜਾਾਂਗੇ ਜਦੋਂ ਘਰ ਬਾਹਰ ਉੱਥੇ ਹੀ ਆਪਣੇ ਕੋਲ ਘਰ ਵੀ ਹੈ ਉੱਥੇ ਜੀ ਮਤਲਬ ਉਹ ਬਹੁਤ ਵਧੀਆ ਕੰਟਰੀ ਹੈ ਸਾਰਾ ਕੁਛ ਸਾਨੂੰ ਦੇ ਰਹੀ ਹੈ ਇੰਨੀ ਵਧੀਆ ਮਤਲਬ ਰਹਿਣ ਵਾਲਿਆਂ ਨੂੰ ਰਹਿਣਾ ਆਉਣਾ ਚਾਹੀਦਾ ਠੀਕ ਹੈ ਜੀ ਤੁਸੀਂ ਇੱਕ ਦੇਸ਼ 'ਚ ਜਦੋਂ ਦੂਜੇ ਦੇਸ਼ 'ਚ ਜਾਂਦੇ ਹੋ ਤਾਂ ਤੁਹਾਨੂੰ ਉਹਦੀ ਇੱਜ਼ਤ ਮਾਨ ਜਾਂ ਉਹਦੀ ਚੀਜ਼ਾਂ ਦਾ ਖਿਆਲ ਹਮੇਸ਼ਾ ਰੱਖਣਾ ਚਾਹੀਦਾ ਅਤੇ ਹੁਣ ਜਿਹੜੇ ਲੋਕ ਉੱਥੇ ਜਾ ਕੇ ਇੰਨਾ ਬੁਰਾ ਆਪ ਆਪਣਾ ਆਪ ਦਿਖਾਉਂਦੇ ਗਾ ਕੰਟਰੀ ਨੂੰ ਵੀ ਬੁਰਾ ਕਹਾ ਰਿਹਾ ਇੰਡੀਆ ਨੂੰ ਇਹ ਗਲਤ ਆ ਹੈ ਨਾ ਆਪਣਾ ਇੰਡੀਆ ਵੀ ਬਹੁਤ ਸੋਹਣਾ ਆਪਣਾ ਕੈਨੇਡਾ ਵੀ ਬਹੁਤ ਸੋਹਣਾ ਮੈਂ ਪਰ ਮੈਂ ਸੱਚੀ ਕਹਿੰਦੀ ਮੈਨੂੰ ਥੋੜੀ ਠੰਡ ਜ਼ਿਆਦਾ ਆ ਉੱਥੇ ਹੋਰ ਕੁਝ ਨਹੀਂ ਪਰ ਕੈਨੇਡਾ ਦਾ ਸਮਰ ਤੇ ਸਮਰ ਤੇ ਬਹੁਤ ਵਧੀਆ ਵਿੰਟਰ ਚ ਥੋੜਾ ਪੰਗਾ ਆ ਜਿਵੇਂ ਹੁਣ -40 ਹੋਇਆ ਪਿਆ ਉੱਥੇ ਹਾਂ ਮਤਲਬ ਹੁਣ ਅਸੀਂ ਐਡਮਿੰਟਨ ਤੋਂ ਹਨ ਹਾਂ ਸੈਡਮਿੰਟਨ ਲੰਗ ਕਰਦੇ ਹਾਂ ਤੇ ਪਰ ਚਲੋ ਆ ਗਿਆ ਸਾਡਾ ਇਲਾਹਾਬਾਦ ਮੰਡੀ ਦੇਖੋ ਹਰਿਆਣੇ ਚ ਇਲਾਹਾਬਾਦ ਮੰਡੀ ਤੇ ਹੁਣ ਅਸੀਂ ਜਿਵੇਂ ਜਿਵੇਂ ਅੱਗੇ ਜਾ ਕੇ ਸ਼ੌਪ ਕਰਦੇ ਆ ਚੀਜ਼ਾਂ ਨੂੰ ਜਾਂ ਕੁਝ ਕਰਦੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਇਲਾਹਾਬਾਦ ਠੀਕ ਹੈ ਜੀ ਬਹੁਤ ਕੁਝ ਆ ਇਲਾਹਾਬਾਦ ਜਿਵੇਂ ਕਿ ਇਤਿਹਾਸਿਕ ਇਲਾਹਾਬਾਦ ਸਾ ਜਿਹੜੀ ਜ਼ਮੀਨ ਆ ਇੱਥੇ ਸਭ ਤੋਂ ਮਹਿੰਗਾ ਠੇਕਾ ਹੈ ਇੱਥੇ ਇਹ ਏਰੀਏ 'ਚ ਜ਼ਮੀਨ ਕਿਸੇ ਨੂੰ ਪੁੱਛ ਲਿਓ 90,000 ਤੱਕ ਠੇਕਾ ਹੈ ਇੱਥੇ ਜ਼ਮੀਨ ਦਾ ਇੱਕ ਏਕੜ ਦਾ 90,000 ਜੀ ਕਿਉਂਕਿ ਬਾਸਪਤੀ ਹੁੰਦੀ ਆ ਉਹਦਾ ਝਾੜ ਝੂੜ ਵੀ ਚੰਗਾ ਆ ਚੰਗੀ ਫਸਲ ਹੁੰਦੀ ਹੈ ਇੱਥੇ ਕਿਸੇ ਨੂੰ ਵੀ ਪੁੱਛੋ ਜਿਹੜਾ ਏਰੀਆ ਸਰਸਾ ਜ਼ਿਲ੍ਹੇ ਨੂੰ ਜਾਣਦਾ ਹੈ ਚਲੋ ਜੀ ਅਗਾਂ ਅੱਗੇ ਮਿਲਦੇ ਹਾਂ ਥੈਂਕ ਯੂ ਥੈਂਕ ਯੂ ਉਹਨਾਂ ਤੋਂ ਨਹੀਂ ਪੁੱਛਣਾ ਜਿਹੜੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਐਨੀ ਵਾਤ ਹੋਈ
ਲਾਈਟ ਵਾਲਾ ਲਾਂਗੇ ਸਟੈਂਡ ਵੀ ਬਣ ਜਾਂਦਾ ਹੈ ਨਾ ਇਹ ਵੀ ਬਣ ਜਾਂਦਾ ਵੀ ਕੁਆਲਿਟੀ ਤਾਂ ਫਰਕ ਹੈਗਾ ਆ ਪਰ ਜਿਵੇਂ ਬਾਕੀ ਉਹ ਆਪਣਾ ਘਰ ਆ ਗਿਆ ਜੀ ਇਹ ਆਪਣਾ ਘਰ ਹੈ ਰੁਕੋ ਮੈਡਮ ਕੋਲ ਜਾ ਸਿਮ ਸਿਮ हाँ जी हाँ जी अही पहुँच गए ही घर फिर हमने पहुंचे हैं ओ मैडम तो आंदा ही कम स्टार्ट कपड़े काम बाद श्याला दे देना चाह नहीं पीती नहीं तुसी पीली तुस केड़े ले आके दित्ती है अच्छा मैं ले आके दा ठीक है आंटी दा नूरा लेके रख के दित्ती है ते अजे भी मैं चावा पियावा तन्नु पल्ले तडे घर आ दे दे हाथ दे नाल पींदे ते स्वाद रखदा हूं ਇਹਦੇ ਨਾਲ ਵੀਡੀਓ ਨਾ ਸਹੀ ਚੱਲ ਰਹੀ ਹੈ ਨਾ ਨਹੀਂ ਇਹਦੇ ਨਾਲ ਸਹੀ ਆ ਵੀਡੀਓ ਜਿਵੇਂ ਹਿਲਦੀ ਘੱਟ ਆ ਸਟਿੱਕ ਜੀ ਨਾ ਕੱਪੜਾ ਬਾਹਰ ਕੱਪੜੇ ਪਾਉਣ ਦਾ ਤਾਂ ਕੋਈ ਫਾਇਦਾ ਨਹੀਂ ਜਾਂ ਸੁੱਕਣੇ ਅੰਦਰ ਹੀ ਪਾ ਦੇਣੇ ਆ ਸਕਾਏ ਨਹੀਂ ਅਜੇ ਮਸ਼ੀਨ 'ਚ ਸਕਾਏ ਆ ਪਰ ਫਿਰ ਵੀ ਹੁੰਦੀ ਆ ਗਿੱਲੇ ਕਿਹੜਾ ਕੈਨੇਡਾ ਲਿਆ ਕਿ ਸਟ੍ਰੀਮਡ ਹੋ ਜਾਂਦੀ ਸਹੀ ਗੱਲ ਆ ਆ ਜਵਾਕਾਂ ਦਾ ਝੂਲਾ कपड़े पाउन दे काम आ रहा है भाई हाँ जी बाहर वेखो ग्रीनरी बार बार घर है अपना पिंड वेखो कितना वधिया व्यू पिछे गुरुद्वारा आ वेखो हाँ जी आ बदमाश आ रहे साढ़े दो शराज बार बार घर है अपना पिंड दे ਜਵਾਕ ਲੱਗੇ ਖੇਡਣ ਉਹ ਵੇਖੋ ਜੀ ਉਹ ਸ਼ਰਾਬ ਗਾਣੇ ਲਾ ਲਏ ਤਾਂ ਸਿੱਧੂ ਮੂਸੇ ਵਾਲੇ ਆਪੇ ਹੀ ਲਾਉਂਦਾ ਆ ਹਾਂਜੀ ਹਾਂਜੀ ਵਰਦਾਨ ਟੋਪੀ ਲੈ ਲਓ ਇਹ ਪਿੰਡ ਦਾ ਮਾਹੌਲ ਆ ਜੀ ਖੁੱਲ੍ਹਾ ਖੁੱਲ੍ਹਾ ਹਾਂਜੀ ਵੇਖੋ ਜੀ ਸ਼ਰਾਜ ਦੇ ਟੋਪੀ ਪੈਣ ਲੱਗੀ ਆ ਠੰਡ ਆ ਨਾ ਅੱਜ ਠੰਡ ਜ਼ਿਆਦੀ ਆ ਕੁਛ ਇਹ ਗੱਡੀਆਂ ਦਾ ਇਹਨੂੰ ਬਹੁਤ ਸ਼ੌਂਕ ਆ ਵੱਡੇ ਨੂੰ ओके जी थैंक यू साडा अज दा व्लॉग वेखण लई ते असी होप करदे कि तुसी अज पसंद करोगे काफी छोटे छोटे क्लिप्स भी पाईयां ने हां जी ओ साडा छोटा जिहा फन सीगा ते बाकी हौली हौली असी वधिया कंटेंट ल्यावांगे ट्राई करांगे आपदे वल्लों बाकी तुसी प्यार दे आ जे जो कोई तुहानू लगता है कोई चीज सही नहीं सानू तां वी मैसेज कर दिओ कोई चक्कर नहीं थैंक यू सो मच चलो मिलते हैं फिर कल नवे ब्लॉग के सत श्री अकाल बाय।